ਪੰਜਾਬ ਪੁਲਿਸ ਵੱਲੋਂ ਰੋਜ਼ਾਨਾ ਹੀ ਟ੍ਰੈਫਿਕ ਨੂੰ ਸਹੀ ਤਰੀਕੇ ਨਾਲ ਚਲਾਉਣ ਲਈ ਵੱਖ ਮੁਹਿੰਮਾਂ ਚਲਾਈਆਂ ਗਈਆਂ ਹਨ, ਪਰ ਕਈ ਲੋਕ ਇਹਨਾਂ ਦੀ ਕੋਈ ਪਰਵਾਹ ਨਹੀਂ ਕਰਦੇ ਤੇ ਹਰ ਕੇ ਹਾਸੇ ਕਰ ਬੈਠਦੇ ਨੇ, ਜਿਸ ਦੌਰਾਨ ਕਈ ਕੀਮਤੀ ਜਾਨਾਂ ਚਲੇ ਜਾਂਦੀਆਂ ਨੇ। ਇਸੇ ਦੌਰਾਨ ਜਲੰਧਰ ਪਠਾਨਕੋਟ ਹਾਈਵੇ ਰੋਡ ਉੱਪਰ ਮਸਾਹਿਬਪੁਰ ਪਿੰਡ ਨਜ਼ਦੀਕ ਇੱਕ ਕਾਰ ਨੇ ਦੋ ਮੋਟਰਸਾਈਕਲ ਸਵਾਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਜਿਨ੍ਹਾਂ ਦੀ ਮੌਤ ਹੋ ਗਈ। ਇਸ ਸੰਬੰਧੀ ਮਿਲੀ ਜਾਣਕਾਰੀ ਅਨੁਸਾਰ ਮੁਕੇਰੀਆਂ ਵੱਲੋਂ ਆ ਰਹੀ ਤੇਜ਼ ਰਫ਼ਤਾਰ ਕਾਰ ਤੇ ਦੁਕਾਨ ਬੰਦ ਕਰਕੇ ਦੋ ਸਕੇ ਭਰਾ ਆਪਣੇ ਪਿੰਡ ਵੱਲ ਵਾਪਸ ਜਾ ਰਹੇ ਸਨ। ਜਦੋਂ ਮਸਾਹਿਬਪੁਰ ਨਜ਼ਦੀਕ ਪੁੱਜੇ ਤਾਂ ਉਹਨਾਂ ਵਿੱਚ ਟੱਕਰ ਹੋ ਗਈ, ਜਿਸ ਦੌਰਾਨ ਦੋਵੇਂ ਭਰਾ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਮੁਕੇਰੀਆਂ ਇਲਾਜ ਦੌਰਾਨ, ਜਿੱਥੇ ਦੋਵਾਂ ਭਰਾਵਾਂ ਦੀ ਮੌਤ ਹੋ ਗਈ। ਕੀ ਆ ਸਾਰਾ ਮਾਮਲਾ ਉਹ ਤੁਹਾਨੂੰ ਦਿਖਾਉਂਦੇ ਹਾਂ ਮੌਕੇ ਤਸਵੀਰਾਂ, ਕੀ ਕਹਿੰਦੇ ਰਿਸ਼ਤੇਦਾਰ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ। ਕੀ ਨਾਮ ਬਈ? ਸਰਪਣ ਸਿੰਘ ਜੀ। ਹਾਂਜੀ ਭਾਈ, ਕੀ ਗੱਲ ਹੋਈ ਆ? ਜਿਹੜਾ ਬਧੂਪੁਰ ਦੇ ਬਿਜਨੀਕ ਸੀਗੇ ਦੋਨੇ ਭਰਾ, ਇਹ ਭੰਗਾਲੇ ਵਿੱਚ ਆਪਣੀ ਬਿਲਡਿੰਗ ਦੀ ਦੁਕਾਨ ਦਾ ਕੰਮ ਕਰਦੇ ਆ। ਉੱਥੋਂ ਜਦੋਂ ਸ਼ਾਮਾਂ ਨੂੰ ਛੁੱਟੀ ਕਰਕੇ ਆਪਣੇ ਘਰ ਜਾ ਰਹੇ ਸੀਗੇ, ਜਦੋਂ ਮਸਾਹਪੁਰ ਤੋਂ ਆਪਣੇ ਟਰਨ ਲਈ ਇਹਨਾਂ ਨੇ ਮੋੜ ਤੋਂ, ਅਤੇ ਆਪਣੇ ਮਕੇਰੀਆਂ ਸਾਈਡ ਤੋਂ ਸਿਫਟ ਡਿਜ਼ਾਇਰ ਗੱਡੀ ਆ ਰਹੀ ਸੀ ਬਹੁਤ ਸਪੀਡ 'ਤੇ, ਇਹਨਾਂ ਨੂੰ ਮਗਰੋਂ ਦੋਨਾਂ ਭਰਾਵਾਂ ਨੂੰ ਹਿੱਟ ਕੀਤਾ, ਜਿਹੜੇ ਮੌਕੇ 'ਤੇ ਹੀ ਇਹਨਾਂ ਭਰਾਵਾਂ ਦੋਨਾਂ ਦੀ ਉੱਥੇ ਮੌਤ ਹੋ ਗਈ, ਜਿਹੜੀ ਇੰਨੀ ਮੰਦਭਾਗੀ ਖਬਰ ਜਦੋਂ ਸਾਨੂੰ ਪਤਾ ਲੱਗਾ ਅਤੇ ਬਹੁਤ ਹੀ ਦੁੱਖ ਹੋਇਆ। ਦੋਨੇ ਭਰਾ ਇਹ ਜਿਹੜੇ ਸੀਗੇ ਇਹ ਘਰ 'ਚ ਇਹ ਹੀ ਕਮਾਉਣ ਵਾਲੇ ਸੀਗੇ, ਇਹਨਾਂ ਦੇ ਛੋਟੇ ਛੋਟੇ ਬੱਚੇ ਆ, ਬਹੁਤ ਹੀ ਮਤਲਬ ਕਿ ਪਰਿਵਾਰ ਇਹੋ ਜਿਹੇ ਸਦਮੇ 'ਚ ਆਉਂਦੇ ਆ ਕਿ ਜਿਹੜੇ ਵੀ ਇਹ ਭਰਾਵਾਂ ਨਾਲ ਇੰਨੀ ਵੱਡੀ ਵਾਰਦਾਤ ਹੋਈ ਆ ਦੋਨਾਂ ਦਾ, ਦੋਨੇ ਸਕੇ ਭਰਾ ਆ ਜੀ, ਇਹ ਬਹੁਤ ਹੀ ਮਾੜੇ ਹਾਲਤਾਂ 'ਚੋਂ ਪਰਿਵਾਰ ਇੱਥੇ ਤੱਕ ਪਹੁੰਚਾ ਸੀਗਾ। ਇਹਲੇ ਚਲੋ ਮਾੜਾ ਮੋਟਾ ਆਪਣੀ ਰਿਜਕ ਦਾ ਕੰਮ ਕਰਦੇ ਸੀਗੇ, ਕਿਸੇ ਨਾਲ ਕੋਈ ਇਹਨਾਂ ਦਾ ਕੋਈ ਕਿਸੇ ਨਾਲ ਬੈਰ ਨਹੀਂ ਸੀਗਾ, ਇੰਨੇ ਚੰਗੇ ਸੀਗੇ ਜੀ। ਸਾਡੇ ਸਾਰੇ ਹੀ ਪਿੰਡ ਵਿੱਚ ਇੰਨੀ ਸੋਗ ਦੀ ਲਹਿਰ ਨਾਲ ਇਹਲੇ ਦੁਨੀਆ ਸਹਿਮੀ ਪਈ ਆ ਵੀ ਇਹਨਾਂ ਨੂੰ ਬੰਦ ਦੀ ਕਾਰਵਾਈ ਜਿਨ੍ਹਾਂ ਨੇ ਇਹਨਾਂ ਨੂੰ ਹਿੱਟ ਕੀਤਾ ਉਹਨਾਂ 'ਤੇ ਹੋਣੀ ਚਾਹੀਦੀ ਹੈ, ਸਾਡੀ ਇਹ ਮੰਗ ਆ ਜੀ। ਸਾਨੂੰ ਕੱਲ੍ਹ ਕਰੀਬ 8 ਵਜੇ ਸਾਨੂੰ ਮੈਸੇਜ ਆਇਆ ਕਿ ਮਸਾਹਪੁਰ ਮੋੜ ਲਾਗੇ ਐਕਸੀਡੈਂਟ ਹੋਇਆ ਹੈ, ਜਿਸ ਵਿੱਚ ਦੋ ਵਿਅਕਤੀ ਦੀ ਮੌਕੇ 'ਤੇ ਮੌਤ ਹੋ ਗਈ। ਦੋਨੇ ਸਕੇ ਭਰਾ ਸੀ, ਉਹਨਾਂ ਵਿੱਚੋਂ ਵੱਡੇ ਦਾ ਨਾਮ ਹੈ ਗੁਰਮੀਤ ਲਾਲ, ਛੋਟੇ ਦਾ ਨਾਮ ਰਵੀ ਦਾਸ, ਵਾਸੀ ਪਿੰਡ ਬੱਧੂ ਬਰਕਤ ਹੈ। ਇਹਨਾਂ ਦੀ ਡੈੱਡ ਬੋਡੀਆਂ ਸਿਵਲ ਹਸਪਤਾਲ ਮੁਕੇਰੀਆਂ ਰਖਾਈਆਂ ਗਈਆਂ। ਹੁਣ ਗੁਰਮੀਤ ਲਾਲ ਦੇ ਬਿਆਨ, ਗੁਰਮੀਤ ਲਾਲ ਦੇ ਲੜਕੇ ਦੇ ਬਿਆਨ 'ਤੇ ਜਿਹੜਾ ਮੁਕਦਮਾ ਨੰਬਰ 150 ਮਿਤੀ 25/9/24 ਅੰਡਰ ਸੈਕਸ਼ਨ 281 106 324-5 BNS ਦਰਜ ਰਜਿਸਟਰ ਕੀਤਾ ਗਿਆ ਹੈ। ਦੋਸ਼ੀ ਜਿਹੜਾ ਵੈ ਟ੍ਰੇਸ ਹੋ ਚੁੱਕਾ ਵੈ, ਦੋਸ਼ੀ ਨੂੰ ਵੀ ਸ਼ਾਮ ਤੱਕ ਜਿਹੜਾ ਗ੍ਰਿਫਤਾਰ ਕਰ ਲਿਆ ਜਾਵੇਗਾ। ਕੀ ਕਾਰਵਾਈ ਕੀਤੀ ਗਈ ਇਸਦੇ ਖਿਲਾਫ? ਉਸ 'ਤੇ ਮੁਕਦਮਾ ਦਰਜ ਕਰਤਾ ਜੀ, ਐਕਸੀਡੈਂਟ ਦਾ ਮੁਕਦਮਾ ਦਰਜ ਕਰਤਾ। ਜਿਹੜੇ ਸੈਕਸ਼ਨਾਂ ਤੁਹਾਨੂੰ ਨਵੇਂ ਕਾਨੂੰਨ ਤਾਂ ਦੱਸੀਆਂ, ਇਹਨਾਂ 'ਤੇ ਦਰਜ ਕੀਤਾ। ਜਿਹੜੇ ਇਹਨਾਂ ਦੀ ਮੌਤ ਹੋਈ ਆ, ਉਹ ਵਿਆਹੇ ਹੋਏ ਸੀ ਜਾਂ ਕਿਸ ਤਰ੍ਹਾਂ? ਹਾਂਜੀ, ਉਹ ਸ਼ਾਦੀਸ਼ੁਦਾ ਹੈ, ਉਹਨਾਂ ਦੀ ਉਮਰ ਇੱਕ ਦੀ 50 ਸਾਲ, ਇੱਕ ਦੀ 53 ਸਾਲ ਹੈ, ਬੱਚੇ ਉਹਨਾਂ ਦੇ, ਅਤੇ ਇੱਥੇ ਭੰਗਾਲੇ ਉਹ ਬਿਲਡਿੰਗ ਦਾ ਕੰਮ ਕਰਦੇ ਸੀ।